ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਨਵਰੀਤ ਸਿਵੀਆ, ਪ੍ਰੋਗਰਾਮ 'ਚ ਤੁਹਾਡਾ ਸਵਾਗਤ ਕਰਦਾ। ਕਿਸਾਨੀ ਨੂੰ ਲੈ ਕੇ ਸਿਰਫ ਸਰਕਾਰਾਂ ਦੇ ਦਾਅਵੇ ਬਦਲ ਜਾਂਦੇ ਆ, ਵਾਅਦੇ ਬਦਲ ਜਾਂਦੇ ਆ, ਸੀਜ਼ਨ ਬਦਲ ਜਾਂਦੇ ਆ, ਫਸਲਾਂ ਬਦਲ ਜਾਂਦੀਆਂ, ਪਰ ਕਿਸਾਨੀ ਦੀਆਂ ਸਮੱਸਿਆਵਾਂ ਉਹੀ ਰਹਿੰਦੀਆਂ, ਉੱਥੇ ਹੀ ਪਈਆਂ ਰਹਿੰਦੀਆਂ, ਅਤੇ ਕਿਸਾਨ ਦੇ ਜਿਹੜੇ ਹਾਲਾਤ ਆ ਉਹ ਵੀ ਉਵੇਂ ਰਹਿੰਦੇ ਆ। ਪੰਜਾਬ ਦੇ ਵਿੱਚ ਹੁਣ ਝੋਨੇ ਦਾ ਸੀਜ਼ਨ ਚੱਲ ਰਿਹਾ, ਲੋਕ ਝੋਨਾ ਵੱਢ ਰਹੇ ਆ, ਪਰ ਸਮੱਸਿਆ ਬਹੁਤ ਵੱਡੀ ਹੈ ਅਤੇ ਸਾਹਮਣੇ ਖੜ੍ਹੀ ਹੈ। ਉਹ ਸਮੱਸਿਆ ਪਰਾਲੀ ਦੀ ਸਮੱਸਿਆ। ਸਰਕਾਰ ਲੱਖ ਦਾਅਵੇ ਕਰੀ ਚੱਲੇ ਕਿ ਬਹੁਤ ਮਸ਼ੀਨਰੀ ਹੈ ਜਿਹੜੀ ਬਾਜ਼ਾਰ 'ਚ ਉਪਲਬਧ ਹੈ, ਇੰਨੇ 'ਤੇ ਸਬਸਿਡੀ ਦਿੱਤੀ ਹੈ, ਆਹ ਕੁਝ ਕੀਤਾ ਕਿਸਾਨਾਂ ਦੇ ਲਈ, ਪਰ ਇਹ ਵੀ ਇੱਕ ਸੱਚ ਆ ਕਿ ਕਿਸਾਨਾਂ ਦੇ ਲਈ ਜਿਹੜੀਆਂ ਸਮੱਸਿਆਵਾਂ ਉਹ ਉਵੇਂ ਹੈ ਜਿਵੇਂ ਪਹਿਲਾਂ ਹੁੰਦੀਆਂ ਸੀ। ਅੱਜ ਵੀ ਕਿਸਾਨ ਇੱਕ ਪਾਸੇ ਮੰਡੀਆਂ ਦੇ ਵਿੱਚ ਉਹਦੀ ਕਈ ਥਾਵਾਂ 'ਤੇ ਦੁਰਦਸ਼ਾ ਦੇਖਣ ਨੂੰ ਮਿਲ ਰਹੀ ਹੈ, ਦੂਜੇ ਪਾਸੇ ਜਿਹੜਾ ਪਰਾਲੀ ਹੈ ਉਹਨੂੰ ਕਿਵੇਂ ਮੈਨੇਜ ਕਰਨਾ, ਇਹ ਵੀ ਕਿਸਾਨ ਦੇ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਹੁਣ ਆਪਾਂ ਕਿਸਾਨਾਂ ਦੇ ਵਿੱਚ ਸਿੱਧਾ ਪਹੁੰਚੇ ਹਾਂ, ਇਹਨਾਂ ਤੋਂ ਹੀ ਸਮਝਣ ਦੇ ਲਈ ਕਿ ਇਹਨਾਂ ਦੀਆਂ ਸਮੱਸਿਆਵਾਂ ਕਿਵੇਂ ਆ। ਤੁਸੀਂ ਦੇਖ ਵੀ ਸਕਦੇ ਹੋ, ਪਿੱਛੇ ਕੰਬਾਈਨ ਵੀ ਚੱਲੀ ਜਾਂਦੀ ਹੈ, ਕੰਬਾਈਨ ਨੇ ਵਾਢੇ ਆ ਨਾ। ਵੈਸੇ ਇਸ ਵਾਰ ਕਹਿ ਰਿਹਾ ਕਿ ਕੰਬਾਈਨਾਂ ਦਾ ਕੰਮ ਵੀ ਕਾਫੀ ਔਖਾ ਪਿਆ, ਇੱਕ ਤਾਂ ਸੈਂਟਰ ਸਰਕਾਰ ਦੀ ਮਿਹਰ ਸੁੱਖ ਨਾਲ ਇੰਨੀ ਹੋਈ ਵੀ ਹੈ ਕਿ ਡੀਜ਼ਲ ਦੇ ਜਿਹੜੇ ਰੇਟ ਆ ਉਹ ਦਿਨੋਂ ਦਿਨ ਵੱਧ ਹੀ ਜਾਂਦੇ ਆ, ਵੱਧਦੇ ਹੀ ਜਾਂਦੇ ਆ, ਅਤੇ ਖਰਚੇ ਉਹਦੇ ਨਾਲ ਬਹੁਤ ਜ਼ਿਆਦਾ ਵੱਧ ਰਹੇ ਆ। ਅਤੇ ਉੱਤੋਂ ਐਤਕੀ ਮੌਸਮ ਆ ਜਿਹੜਾ ਉਹ ਥੋੜ੍ਹਾ ਸਿੱਲਾ ਰਹਿ ਗਿਆ, ਜਦੋਂ ਮੌਸਮ ਸਿੱਲਾ ਰਹਿ ਜਾਂਦਾ ਤਾਂ ਝੋਨੇ ਦੇ ਵਿੱਚ ਜਿਹੜੀ ਨਮੀ ਆ ਉਹ ਸੁਭਾਵਿਕ ਤੌਰ ਦੇ ਉੱਤੇ ਵੱਧ ਰਹਿੰਦੀ ਹੈ, ਅਤੇ ਸਰਕਾਰ ਆ ਜਿਹੜੀ ਉਹ ਕਹਿ ਦਿੰਦੀ ਆ ਵੀ ਸਾਡੀ ਤਾਂ ਭਾਈ ਨਮੀ ਦੀ ਹੱਦ ਇਹ ਆ, ਐਦੂ ਵੱਧ ਨਮੀ ਵਾਲਾ ਅਸੀਂ ਝੋਨਾ ਲੈਣਾ ਨਹੀਂ। ਸੋ ਕਿਸਾਨ ਆ ਜਿਹੜੇ ਉਹ ਬਾਕੀ ਵਿਕਲਪ ਵੀ ਦੇਖਦੇ ਆ, ਔਖੇ ਵੀ ਹੁੰਦੇ ਆ, ਅਤੇ ਉਹਦੇ ਨਾਲ ਨਾਲ ਜਿਹੜੀ ਸਭ ਤੋਂ ਵੱਡੀ ਸਮੱਸਿਆ ਸਰਕਾਰਾਂ ਜਿਹਦੇ ਬਾਰੇ ਕਹਿੰਦੀਆਂ ਕਿ ਬਹੁਤ ਜ਼ਿਆਦਾ ਪ੍ਰਦੂਸ਼ਣ ਹੁੰਦਾ, ਔਰ ਪ੍ਰਦੂਸ਼ਣ ਹੁੰਦਾ ਵੀ ਆ, ਇਹ 'ਚ ਵੀ ਕੋਈ ਸ਼ੱਕ ਨਹੀਂ, ਇਹੀ ਕਿਸਾਨ ਆ ਜਿਹੜੇ ਅੱਗਾਂ ਲਾਉਂਦੇ ਆ, ਅਤੇ ਇਹਨਾਂ ਨੂੰ ਹੀ ਮੁੜ ਕੇ ਇਹਨਾਂ ਦੇ ਬਜ਼ੁਰਗਾਂ ਨੂੰ ਵੀ ਸਾਹ ਲੈਣ 'ਚ ਤਕਲੀਫ ਹੁੰਦੀ ਆ, ਇਹਨਾਂ ਦੇ ਬੱਚਿਆਂ ਨੂੰ ਵੀ ਸਮੱਸਿਆਵਾਂ ਹੁੰਦੀਆਂ, ਇਹਦੇ 'ਚ ਕੋਈ ਸ਼ੱਕ ਨਹੀਂ, ਪ੍ਰਦੂਸ਼ਣ ਹੁੰਦਾ, ਪਰ ਹੱਲ ਕੀ ਆ? ਹੱਲ ਸ਼ਾਇਦ ਕਿਸੇ ਕੋਲ ਵੀ ਹਜੇ ਤੱਕ ਕੋਈ ਠੋਸ ਨਹੀਂ ਹੋ ਜਾਂਦਾ। ਆਪਣੇ ਨਾਲ ਕਿਸਾਨ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ ਤੁਹਾਡਾ? ਮੈਂ ਹਰਵੰਸ਼ ਸਿੰਘ ਨੰਬੜਦਾਰ। ਨੰਬੜਦਾਰ ਸਾਹਿਬ, ਕੀ ਫਿਰ ਕੀ ਕਹਿੰਦਾ ਝੋਨਾ? ਝੋਨਾ ਕਹਿੰਦਾ ਕੀ ਹੈ, ਇੱਕ ਤਾਂ ਇਸ ਵਾਰ ਆਸ ਸੀ ਲੋਕਾਂ ਨੂੰ ਕਿ ਬੜੀਆਂ ਬਾਰਿਸ਼ਾਂ ਹੋਈਆਂ, ਝਾੜ ਵੱਧ ਨਿਕਲਣਗੇ, ਲੇਕਿਨ ਸਾਡੇ ਏਰੀਏ ਦੇ ਵਿੱਚ, ਫਤਿਹਗੜ੍ਹ ਸਾਹਿਬ ਦੇ ਏਰੀਏ ਦੇ ਵਿੱਚ 20-22 ਕੁਇੰਟਲ ਦਾ ਝਾੜ ਆ ਰਿਹਾ, ਜਿਹੜਾ ਕਿ 30-35 ਆਉਂਦਾ ਤਾ ਅੱਗੇ। ਦੂਸਰਾ ਮੋਇਸਚਰ ਨਹੀਂ, 20-22 ਤੋਂ ਹੇਠਾਂ, 22-23 ਤੋਂ ਹੇਠਾਂ ਨਹੀਂ ਆ ਰਿਹਾ। ਅਤੇ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਇਹ ਕਹਿੰਦੇ ਵੀ 17 ਤੋਂ ਵੱਧ ਅਸੀਂ ਲੈਣਾ ਨਹੀਂ, ਇਹ 18 ਵੀ ਨਹੀਂ ਲੈਂਦੇ। ਇੱਥੇ ਮੈਂ ਦੱਸਣਾ ਚਾਹੁੰਦਾ, ਜਿਹੜੇ ਮੇਰੇ ਵੀਰ ਇਹਨੂੰ ਸੁਣਦੇ ਹੈ ਜਾਂ ਕੋਈ ਸਾਡੀ ਹਮਦਰਦੀ ਕਰਦੇ ਹੈ, ਕਿ ਆਹੀ ਝੋਨਾ 22-23-24 ਵੀ ਹੋਵੇ, 25 ਵੀ ਹੋਵੇ, ਜੇ ਅਸੀਂ ਹਰਿਆਣੇ 'ਚ ਲੈ ਕੇ ਜਾਂਦੇ ਹਾਂ ਅੰਬਾਲਾ, ਤਾਂ ਉਹ ਰਾਤ ਨੂੰ ਜਦੇ ਤੋਲ ਦਿੰਦੇ ਹਾਂ, ਨਾ ਕੋਈ ਪੱਖਾ ਨਾ ਕੁਛ, ਟਰਾਲੀ ਦੇ ਵਿੱਚੋਂ ਸਿੱਧਾ ਹੀ ਤੋਲ ਦਿੰਦੇ ਹਾਂ। ਉਹਨਾਂ ਨੂੰ ਪਤਾ ਨਹੀਂ ਵੀ ਕਿਵੇਂ, ਫਿਰ ਵੀ ਉਹਨਾਂ ਨੂੰ ਮੁਨਾਫਾ ਹੁੰਦਾ ਹੋਊਗਾ, ਘਾਟੇ 'ਚ ਤਾਂ ਤੋਲਦੇ ਨਹੀਂ ਹੈਗੇ। ਸੋ ਤੁਹਾਨੂੰ ਲੱਗਦਾ ਵੀ ਪੰਜਾਬ 'ਚ ਜਿਹੜੀ ਹੱਦ ਮਿਥੀ ਵੀ ਆ ਉਹਦੇ ਨਾਲੋਂ ਜ਼ਿਆਦਾ ਜਿਹੜੀ ਨਮੀ ਦੀ ਹੱਦ ਆ ਹਰਿਆਣੇ ਦੇ ਵਿੱਚ ਵੀ 22% ਤੱਕ ਉਹ ਲਈ ਜਾਂਦੇ ਆ, ਇਹ ਤੁਹਾਡਾ ਕਹਿਣਾ ਗਾ। ਪਰ ਜਿਹੜਾ ਮੈਂ ਪੁੱਛਿਆ ਸੀਗਾ ਵੀ ਕੀ ਕਹਿੰਦਾ ਝੋਨਾ, ਚਲੋ ਗੱਲ ਤਾਂ ਬਾਕੀ ਮੁੱਦਾ ਗੰਭੀਰ ਆ, ਪਰ ਉਹ ਮੈਂ ਤਾਂ ਕਹਿੰਦਾ ਵੀ ਇੱਕ ਵਾਰੀ ਕਿਸੇ ਨੇ ਪੁੱਛਿਆ ਵੀ ਕਹਿੰਦਾ ਕੀ ਕਹਿੰਦਾ ਝੋਨਾ, ਅਤੇ ਕਹਿੰਦਾ ਵੀ ਝੋਨਾ ਤਾਂ ਇਹ ਕਹਿੰਦਾ ਵੀ ਇੱਕ ਅੱਧਾ ਬੰਦਾ ਭਾਵੇਂ ਚੱਕ ਦੇ ਕੋਈ ਗੱਲ ਨਹੀਂ ਮੈਂ ਸਾਂਭ ਲੂੰਗਾ, ਪਰ ਅੱਜ ਕੱਲ੍ਹ ਜਿਹੜੀ ਕਿਸਾਨੀ ਦੀ ਸਥਿਤੀ ਇਹ ਹੈ ਵੀ ਕਿਸਾਨ ਤਾਂ ਆਪ ਫਾਹਾ ਲੈਣ ਨੂੰ ਫਿਰਦਾ। ਝੋਨਾ ਇਹੀ ਕਹਿ ਰਿਹਾ ਸਾਨੂੰ ਵੀ ਤੂੰ ਤਿਆਰ ਹੋ ਜਾ ਫਾਂਸੀ ਲੈਣ ਵਾਸਤੇ, ਕਿਉਂਕਿ ਖਰਚੇ ਨਹੀਂ ਪੂਰੇ ਹੋਣੇ, ਆੜਤੀ ਦੇ ਪੈਸੇ ਨਹੀਂ ਪੂਰੇ ਹੋਣੇ,
ਉਹਦੇ ਉਹ ਵਿਆਜ ਤੇ ਪੈਸੇ ਲੈ ਕੇ ਲੋਕਾਂ ਨੇ 55 ਕਮਾਣ ਦਾ ਝਾੜ ਹੋਇਆ ਤੁਹਾਡਾ ਸਾਰਾ। ਹਾਂਜੀ ਹਾਂਜੀ, ਸਾਡੇ ਮਨ ਨਹੀਂ ਚੱਲਦਾ, ਮਨ ਤੁਹਾਡੇ ਬਠਿੰਡੇ ਵਾਲੀ ਸਾਈਡ ਚੱਲਦਾ। ਇੱਥੇ ਅਸੀਂ ਤਾਂ ਕੁਇੰਟਲਾਂ ਦੀ ਉਹ ਗੱਲ ਕਰਦੇ ਹਾਂ, ਕੁਇੰਟਲ ਸਾਡੇ 22 ਨਿਕਲ ਰਹੇ ਹਾਂ ਅਤੇ ਸਾਰੇ ਬਾਈ ਜੀ ਕੰਬਾਈਨ ਵਾਲੇ ਅਤੇ ਆਹ ਸਰਦਾਰ ਹਰਜਿੰਦਰ ਸਿੰਘ ਇਹਨਾਂ ਨੇ ਵੱਢੀ ਹੈ, ਇਹਨਾਂ ਦੀ ਸਭ ਤੋਂ ਵਧੀਆ। ਇੱਕ ਹੋਰ ਸਾਨੂੰ ਮਾਰ ਪੈ ਰਹੀ ਹੈ ਪੰਜਾਬ ਨੂੰ ਹਰਿਆਣੇ ਨਾਲੋਂ ਕਿ 201 ਜਿਹੜਾ ਬੀਜ ਹੈ ਬਹੁਤ ਵਧੀਆ ਕਿਸਾਨ ਵਾਸਤੇ ਚੰਗਾ ਝਾੜ ਦਿੰਦਾ, ਉਹਨੂੰ ਪੰਜਾਬ ਵਾਲੇ ਖਰੀਦਦੇ ਨਹੀਂ, ਹਰਿਆਣੇ ਵਾਲੇ ਕਹਿੰਦੇ ਲਿਆਓ ਜਿੰਨਾ ਮਰਜ਼ੀ। 201 ਕਿੰਨੇ ਕਣੇ ਲਾਇਆ ਸੀ ਆਪਣੇ ਪਿੰਡੋਂ? ਫਿਰ ਇੱਕ ਦੋ ਬੰਦਿਆਂ ਨੇ ਲਾਇਆ ਜਿਨ੍ਹਾਂ ਨੇ ਅੰਬਾਲਿਆ ਗੱਲ ਕਰੀ, ਹਰੇਕ ਦਾ ਤਾਂ ਬੱਸ ਦਾ ਰੋਗ ਵੀ ਨਹੀਂ ਨਾ ਹੈ ਅੰਬਾਲਿਆ ਜਾਣਾ, ਕਿਉਂਕਿ ਸਫ਼ਰ ਬਹੁਤ ਪੈਂਦਾ, ਸੰਦਾ ਵਧੀਆ ਚਾਹੀਦਾ, ਨਹੀਂ ਤਾਂ ਰਾਹ 'ਚ ਟਾਇਰ ਪੈਂਚਰ ਹੋ ਕੇ ਖੜ੍ਹ ਜਾਂਦਾ ਬੰਦਾ। ਇਹ ਹਰੇਕ ਦੇ ਬੱਸ ਦਾ ਰੋਗ ਨਹੀਂ, ਕੋਈ ਕੋਈ ਬੰਦੇ ਨੇ ਜਿਨ੍ਹਾਂ ਨੇ ਪਹਿਲਾਂ ਹੀ ਕਮਿਟਮੈਂਟ ਕਰੀ ਵੀ ਤੇ ਅੰਬਾਲੇ ਲੈ ਕੇ ਆਵਾਂਗੇ, ਉਹਨਾਂ ਨੇ ਲਾਇਆ ਹੋਇਆ, ਤਾਂ ਹਰ ਇੱਕ ਨੇ ਨਹੀਂ ਲਾਇਆ। ਆਪਾਂ ਥੋੜ੍ਹਾ ਕੰਬਾਈਨ ਵਾਲੇ ਬਾਈ ਨਾਲ ਗੱਲ ਕਰ ਲੈਂਦੇ ਹਾਂ, ਤੁਹਾਡੀ ਕੰਬਾਈਨ ਹੈ ਜੀ? ਹਾਂਜੀ ਹਾਂਜੀ ਸਰ। ਜਿਹੜੀ ਚੱਲ ਰਹੀ ਆ ਕਿਵੇਂ ਐਤਕੀ ਸੀਜ਼ਨ, ਕਿਵੇਂ ਚੱਲ ਰਿਹਾ ਫਿਰ ਸੀਜ਼ਨ? ਤਾਂ ਜੀ ਹੁਣ ਇੱਦਾਂ ਹੀ ਵੀ ਲੋਡ ਬਹੁਤ ਮੰਗਦੇ ਹਾਂ, ਜਿੱਦਾਂ ਇਹ ਲਵਾਏ ਹਾਂ SMS ਲਵਾਏ ਹਾਂ ਨਾ, ਜਿਹੜੀ SMS ਤਕਨੀਕ ਮੈਂ ਤੁਹਾਨੂੰ ਦੱਸਦਾ ਕਿ ਪਰਾਲੀ ਨੂੰ ਜਿਵੇਂ ਕਿ ਤੁਹਾਨੂੰ ਕੈਮਰਾਮੈਨ ਥੋੜ੍ਹਾ ਜਿਹਾ ਦਿਖਾਉਣ ਕਿ ਜਿੱਥੇ ਅਸੀਂ ਖੜ੍ਹੇ ਹਾਂ ਇਹ ਥਾਂ ਦੇ ਉੱਤੇ, ਜਿਹੜੀ ਇਹ ਝੋਨੇ ਦੀ ਪਰਾਲੀ ਹੁੰਦੀ ਹੈ ਆਹ ਦੇਖੋ, ਇਹਨੂੰ ਖਲਿਆਰ ਕੇ ਸੁੱਟ ਦਿੰਦਾ ਜਿਹੜਾ SMS ਹੈ। ਨਹੀਂ ਇਹ ਕੀ ਹੁੰਦਾ ਕਿ ਇਕੱਠੇ ਢੇਰ ਜੇ ਅੰਗੂ ਲੱਗਦੇ ਜਾਂਦੇ ਆ ਇੱਕ ਕਤਾਰ ਦੇ ਵਿੱਚ, ਲੰਬੀ ਕਤਾਰ ਦੇ ਵਿੱਚ ਇੱਕ ਜਗ੍ਹਾ 'ਤੇ ਜ਼ਿਆਦਾ ਇਕੱਠਾ ਹੋ ਜਾਂਦਾ, ਸੋ ਇਸੇ ਤਕਨੀਕ ਦੇ ਲਈ SMS ਲਾਇਆ ਜਾਂਦਾ। ਔਰ ਇਹਨੂੰ ਬਰੀਕ ਵੀ ਕਰਦਾ, ਇੱਕ ਤਾਂ ਇਹਦਾ ਕੁਤਰਾ, ਹਾਂ ਮਤਲਬ ਸਹੀ ਸ਼ਬਦ ਕੁਤਰਾ ਲੰਬਰਦਾਰ ਸਾਹਿਬ ਨੇ ਵਰਤਿਆ ਵੀ, ਕੁਤਰਾ ਵੀ ਕਰਦਾ ਅਤੇ ਖਲਿਆਰਦਾ ਵੀ ਆ। ਸੋ ਇਹ ਕਿਹਾ ਗਿਆ ਵੀ ਇਹਦੇ ਨਾਲ ਕਾਫੀ ਹੱਦ ਤੱਕ ਇਹ ਚੀਜ਼ਾਂ ਮੈਨੇਜ ਹੋ ਜਾਂਦੀਆਂ। ਸੋ ਕਮਾਈਨਾ ਵਾਲਿਆਂ ਦਾ ਹੁਣ ਤਰਕ ਇਹ ਆ ਕਿ ਇਹਦੇ ਨਾਲ ਲੋਡ ਪੈਂਦਾ, ਕਿੰਨਾ ਕੁ ਲੋਡ ਪੈਂਦਾ ਇਹਦੇ? ਲੋਡ ਵੈਸੇ ਹੀ ਅੱਗੇ ਨਹੀਂ, ਅਸੀਂ 16-17 ਕਿੱਲੇ ਦਿਹਾੜੀ 'ਤੇ ਵੱਢਦੇ ਤੇ, ਹੁਣ 10-11 ਬਜੇ ਤੋਂ ਜ਼ਿਆਦਾ ਨਹੀਂ ਵੱਢਦੀ ਮਸ਼ੀਨ। 10-11 ਕਿੱਲਿਆਂ 'ਤੇ ਆ ਗਈ, 16-17 ਕਿੱਲਿਆਂ ਤੋਂ ਨਹੀਂ, ਝੋਨੇ ਦੇ ਸੀਜ਼ਨ 'ਚ 16-17 ਕਿੱਲੇ ਆਰਾਮ ਨਾਲ ਵੱਢੇ ਜਾਂਦੇ ਸੀ, ਆਰਾਮ ਨਾਲ ਵੱਢੇ ਜਾਂਦੇ 10 ਚਲਾ ਕੇ ਵੀ 7-8 ਵਜੇ ਨੂੰ ਅਸੀਂ ਇੰਨੇ ਵੱਢਦੇ। ਕਮਾਈਨ 'ਤੇ ਕਿੰਨਾ ਕੁ ਲੋਡ ਵੱਧਦਾ? ਕਮਾਈਨ ਦਾ ਜੀ ਲੋਡ ਬਹੁਤ ਆ ਜੀ, ਕਿਉਂਕਿ ਮੈਂ ਲੋਡ ਤਾਂ ਪੁੱਛਿਆ ਨਾ, ਨਹੀਂ ਮੈਂ ਖਿੱਚ ਸਕਦਾ ਨਹੀਂ, ਮੈਂ ਤਾਂ ਪੁੱਛਿਆ ਨਾ ਕਿਉਂਕਿ ਵੀ ਜੇ ਕਮਾਈਨ 'ਤੇ ਲੋਡ ਪਊ ਤਾਂ ਓਬੀਅਸ ਆ ਉਹ ਡੀਜ਼ਲ ਵੱਧ ਖਾਊ, ਅਤੇ ਡੀਜ਼ਲ ਵੱਧ ਲਊਗੀ ਤਾਂ ਤੁਸੀਂ ਲੋਕਾਂ ਤੋਂ ਪੈਸੇ ਵੱਧ ਲਓ, ਵੱਧ ਲਊਗੀ। ਹੁਣ ਪੈਸੇ ਲੈਣਾ ਤਾਂ ਸਾਡੀ ਮਜਬੂਰੀ ਹੈ ਜੀ, ਇੱਕ ਤਾਂ ਪਿਛਲੇ ਸਾਲ ਨਾਲੋਂ 20 ਰੁਪਏ ਡੀਜ਼ਲ ਲੀਟਰ ਮਗਰ ਵੱਧ ਗਿਆ, ਹੁਣ ਪਿੱਛੇ ਅਸੀਂ 1500 ਰੁਪਇਆ ਰੇਟ ਲਿਆ ਸੀਗਾ ਜੀ SMS ਲਾ ਕੇ, ਹੁਣ ਤੁਸੀਂ ਦੇਖ ਲਓ ਵੀ ਇੰਨਾ ਡੀਜ਼ਲ ਵਧਿਆ, ਜੇ ਆਪਾਂ 6-7 ਵੀ ਉਹਦੇ ਨਾਲ ਹਿਸਾਬ ਨਾਲ ਚੱਲੀਏ ਤਾਂ ਪਹਿਲਾਂ ਹੀ ਕਿੰਨਾ ਹੋ ਜਾਂਦਾ, ਕੀ ਰੇਟ ਕੀ ਚੱਲੂਗਾ ਊਂ? ਵੈਸੇ ਵੈਸੇ ਹੁਣ ਅਸੀਂ ਜਿਹੜਾ ਰੇਟ ਤੈਅ ਕਰਿਆ ਜੀ 1800 ਰੁਪਇਆ ਤੈਅ ਕਰਿਆ ਵੈ, ਹਾਂਜੀ 1800 ਕਿੱਲੇ ਦਾ ਰੇਟ ਇਹਨਾਂ ਦੇ ਵੱਲੋਂ ਤੈਅ ਕੀਤਾ ਗਿਆ। ਸੋ ਇੱਕ ਜਿੱਦਾਂ ਗੱਲ ਕਰ ਰਹੇ ਸੀਗੇ ਕਿ ਕਿਸਾਨ ਆਪਣੇ ਨਾਲ ਹੋਰ ਆ, ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਕੀ ਨਾਮ ਆ ਬਾਈ? ਹਰਜਿੰਦਰ ਸਿੰਘ ਜੀ। ਹਰਜਿੰਦਰ ਜੀ ਝੋਨਾ ਫਿਰ ਹਰਿਆਣੇ 'ਚ ਤੁਸੀਂ ਵੇਚ ਕੇ ਆਏ ਹੋ? ਹਾਂਜੀ। ਕਿੱਥੇ ਵੇਚ ਕੇ ਆਏ ਹੋ? ਹਰਿਆਣਾ ਮੰਡੀ 'ਚ ਜੀ। ਨਹੀਂ ਅੰਬਾਲੇ ਮੰਡੀ 'ਚ? ਅੱਛਾ ਹਾਂਜੀ। ਅਤੇ ਕਿਵੇਂ ਉੱਥੇ ਵਧੀਆ ਚਕਾਈ ਚਕੁਈ ਚੱਲ ਠੀਕ ਹੈ? ਉੱਥੇ ਚੰਗੀ ਵਧੀਆ ਚਕਾਈ ਹੈ ਜੀ। ਅੱਛਾ 201 ਤੁਸੀਂ ਲਾਇਆ ਸੀ? ਹਾਂਜੀ। ਅਤੇ 201 ਪੰਜਾਬ 'ਚ ਨਹੀਂ ਤੁਸੀਂ ਕਿਸੇ ਮੰਡੀ 'ਚ ਅਪਰੋਚ ਕੀਤਾ? ਪੰਜਾਬ 'ਚ 201 ਲੈ ਨਹੀਂ ਰਹੇ ਜੀ ਉਰੇ। ਕੀ ਕਹਿੰਦੇ ਆ? ਕਹਿੰਦੇ ਕੀ ਆ? ਇਹ ਕਹਿੰਦੇ ਵੀ ਤੁਹਾਡੀ ਕਾਰਟ ਲੱਗੂਗੀ 100 ਰੁਪਇਆ ਘੱਟ ਜੀ, ਵੀ ਫਿਰ ਅਸੀਂ ਚੱਕਾਂਗੇ, ਉਹ ਵੀ 17% ਜੇ ਥੋੜ੍ਹੀ ਨਰਮੀ ਹੋਊਗੀ ਤਾਂ ਚੱਕਾਂਗੇ। ਉੱਥੇ ਤੁਸੀਂ ਕਿੰਨੀ 22-23% ਮੋਕਚਰ ਹੋ ਚੱਕਦੇ ਆਰਾਮ ਦੇ, ਖੁਸ਼ ਹੋ ਕੇ ਚੱਕਦੇ ਜੀ ਉਹ। ਸ਼ੈਲਰਾਂ ਵਾਲੇ ਲੈਂਦੇ ਆ ਉੱਥੇ ਜਾਂ ਉੱਥੇ ਸਰਕਾਰ ਚੱਕਦੀ ਆ? ਉਹ ਸਰਕਾਰੀ ਪੇਮੈਂਟ, ਸਰਕਾਰੀ ਸਾਰਾ ਸਰਕਾਰੀ ਖਾਤੇ ਉਹ ਆਉਂਦੇ ਜੀ ਪੈਸੇ ਜੀ, ਉਹ ਸ਼ੈਲਰਾਂ ਵਾਲੇ ਹੀ ਚੱਕਦੇ ਆ ਵੈਸੇ।
ਤੇ ਉਹ ਸਰਕਾਰੀ ਖਰੀਦ ਸਰਕਾਰੀ ਹੁੰਦੀ ਹੈ ਜੀ। ਹਾਂਜੀ, ਪਰ ਇਹ ਕੀ ਹਿਸਾਬ ਹੋਇਆ ਵੀ ਹਰਿਆਣਾ ਨਾਲ ਹਰਿਆਣਾ ਲੱਗਦਾ? ਇੱਕ ਪਾਸੇ ਅਸੀਂ ਕਹੀ ਜਾਂਦੇ ਵੀ ਇੱਕ ਭਾਰਤ ਆ, ਸਾਰਾ ਕੁਛ ਇਕੱਠਾ, ਤੇ ਇੱਥੋਂ ਵਾਲੇ ਲੈਂਦੇ ਨਹੀਂ, ਉਹ ਲਈ ਜਾਂਦੇ? ਇਹ ਕਹਿਣ 'ਚ ਭਾਵ ਹੈ ਵੀ ਇੰਡੀਆ ਇੱਕ ਹੈ ਜੀ, ਫਿਰ ਵੀ ਪੰਜਾਬ ਦਾ ਇੰਨਾ ਬਿਰਕਤਾ ਹੋ ਰਿਹਾ, ਕੋਈ ਸੋਚ ਨਹੀਂ ਸਕਦੇ। ਸਾਡਾ 201 ਬੀਜ ਆ ਜਿਹੜਾ, ਉਹ ਜੱਟ ਦੇ ਹਿੱਤ ਵਿੱਚ ਹੈ, ਉਹਦਾ 35 ਕੁਇੰਟਲ ਜੱਟ ਨੂੰ ਝਾੜ ਮਿਲਦਾ ਜੀ। ਹੋਰ ਬੀਜਾਂ 28 ਐਤਕੀ, ਹੋਰ ਬੀਜਾਂ ਦਾ 21, ਜੋ 21 ਬੀਜ ਆ ਉਹਦਾ 21 ਕੁਇੰਟਲ 20 ਕੁਇੰਟਲ ਸੀਮਤ ਰਹਿ ਗਿਆ ਜੀ। ਨਹੀਂ, ਹਰਿਆਣੇ ਵਾਲੇ ਇੰਨਾ ਚਾਹ ਕੇ ਕਿਉਂ ਲੈਂਦੇ ਆ ਜਿਵੇਂ ਤੁਸੀਂ ਕਹਿ ਰਹੇ? ਉਹਦੇ ਵਿੱਚ ਹੀ ਚੌਲ, ਜਿਹੜਾ ਚੌਲ ਵੱਧ ਨਿਕਲਦਾ ਜੀ ਹਰਿਆਣੇ ਦੇ 201 ਦੇ ਬੀਜ ਵਿੱਚ। ਦੂਜੇ ਵਿੱਚ ਚੌਲ ਦੀ ਮਾਤਰਾ ਘੱਟ ਹੁੰਦੀ ਹੈ, ਫਿਰ ਵੀ ਉਰੇ ਆਪਣੇ 201 ਨੂੰ ਲੈਂਦੇ ਨਹੀਂ ਹੈ ਜੀ, ਅਤੇ ਕਾਰਡ ਲਾਉਂਦੇ 100 ਰੁਪਇਆ ਘੱਟ ਜੀ। ਹਾਂਜੀ, ਸੋ ਇਹ ਆ ਕਾਰਨ ਜਿਹੜੇ ਬਾਈ ਦੱਸ ਰਹੇ ਆ ਵੀ ਹਰਿਆਣੇ 'ਚ ਇਹ ਵੇਚ ਕੇ ਆ। ਲੰਬਰਦਾਰ ਸਾਹਿਬ ਇਹ ਕਹਿੰਦੇ ਵੀ ਆਪਣੇ ਵਾਲੇ ਲੈਂਦੇ ਨਹੀਂ, ਹਰਿਆਣੇ ਵਾਲੇ ਕਹਿੰਦੇ ਉੱਡ ਕੇ ਲੈਂਦੇ ਆ, ਉਹ ਕਹਿੰਦੇ ਆ ਵੀ ਸਾਰਾ ਕੁਛ ਇੱਕ ਆ ਦੇਸ਼ ਦਾ, ਅਤੇ ਫਿਰ ਇਹ ਅੱਡ ਅੱਡ ਇਹ ਬਾਹਲਾ ਹੀ ਕਰੀ ਬੈਠੇ ਆ। ਤੁਹਾਡੇ ਸਾਹਮਣੇ ਹੀ ਹੈ ਬਿਲਕੁਲ, ਇਹ ਬੰਦੇ ਇਹ ਵੇਚ ਕੇ ਆਏ, ਮੇਰੇ ਪਿੰਡ ਦੇ ਨੰਬਰਦਾਰ ਆ ਮੇਵਾ ਸਿੰਘ, ਇਹਨਾਂ ਦਾ ਭਰਾ ਜਿਹੜਾ ਦੂਸਰਾ, ਅਤੇ ਹੋਰ ਵੀ ਇੱਕ ਦੋ ਬੰਦੇ ਆ ਜਿਹੜਾ ਅੱਜ ਜ਼ਿਮੀਂਦਾਰ ਵਢਾ ਰਿਹਾ ਜੀਰੀ, ਇਹ ਵੀ ਆਪਣੇ ਕਿਸੇ ਰਿਸ਼ਤੇਦਾਰ ਦੀ ਵੇਚ ਕੇ ਆਇਆ। ਪਰ ਉੱਥੇ ਜਾ ਕੇ ਬੈਠਣਾ ਵੀ ਨਹੀਂ ਪੈਂਦਾ, ਰਾਤ ਨੂੰ ਜਾਂਦੇ ਸਵੇਰ ਨੂੰ ਘਰ ਆ ਜਾਂਦੇ। ਬਾਈ ਜੀ ਤੁਸੀਂ ਮਾੜਾ ਆਓ, ਇੱਥੇ ਨਜ਼ਦੀਕ ਹੀ ਆਓ। ਅੱਛਾ, ਤੁਹਾਡੇ ਖੇਤ 'ਚ ਚੱਲ ਰਹੀ ਹੈ? ਹਾਂਜੀ ਹਾਂਜੀ। ਅੱਛਾ, ਕੀ ਝਾੜ ਹੈ ਇੱਥੇ? ਝਾੜ ਦਾ ਵੀਰ ਜੀ ਪਹਿਲਾਂ ਵੱਡੇ ਤੇ ਬਾਈਕ ਦਾ ਝਾੜ 21-20 ਇੱਥੇ ਕਾ ਹੋਣਾ। 21-20 ਆ? ਹਾਂਜੀ। ਤੇ ਮੈਨੂੰ ਇਹ ਦੱਸੋ, ਝਾੜ ਤਾਂ ਰਿਹਾ ਇੱਕ ਪਾਸੇ, ਆਪਾਂ ਇਹ ਵੀ ਗੱਲ ਕਰ ਲਈ ਵੀ ਪੰਜਾਬ 'ਚ ਪ੍ਰੋਬਲਮ ਆ ਰਹੀ ਹੈ, ਮੋਇਸਚਰਾਈਜ਼ਰ ਦੀ ਵੀ ਕਾਫੀ ਪ੍ਰੋਬਲਮ ਆ ਰਹੀ ਆ। ਹੁਣ ਜਿਹੜੀ ਆ ਤੁਸੀਂ ਆਪਾਂ ਦੇਖਦੇ ਹਾਂ ਵੀ ਸਾਰੀ ਪਰਾਲੀ ਦਾ ਕਰਾਤ ਆਇਆ SMS ਰਾਹੀਂ ਵਢਾਤੀ, ਇਦੋਂ ਬਾਅਦ ਹੁਣ ਇਹਦਾ ਕੀ ਕਰੋਗੇ? ਇਹਦਾ ਵੀਰ ਜੀ ਹੁਣ ਦੇਖਾਂਗੇ, ਕੋ ਹੇਠਾਂ ਗਿੱਲਾ ਪਿਆ, ਇਹਨੂੰ ਕਿੱਦਾਂ ਵੱਢਾਂਗੇ? ਹੈ ਤਾਂ ਔਖਾ ਹੀ ਇਹ, ਹੁਣ ਕਰਾਂਗੇ ਕੁਛ ਨਾ ਕੁਛ, ਮਾੜਾ ਮੋਟਾ ਬਾਤੇ ਨਹੀਂ ਆਉਣੀ ਜੀ ਇਸ ਗਿੱਲੇ 'ਚ, ਸੰਦਾ ਟੁੱਟੂਗਾ, ਕਰਾਂਗੇ ਕੁਛ ਨਾ ਕੁਛ, ਹੋਰ ਕੀ ਹੋਊਗਾ ਕਿ ਨਹੀਂ ਜੀ, ਤਵੀਆਂ ਤੁਵੀਆਂ। ਜਿਹੜਾ ਅਖੀਰਲਾ ਮੀਂਹ ਪਿਆ ਇਹਨੇ, ਮੈਨੂੰ ਲੱਗਦਾ ਕੰਮ ਥੋੜ੍ਹਾ ਜ਼ਿਆਦਾ ਕਰਤਾ ਜੀ, ਗਾਹਾਂ ਜਾ ਕੇ ਦੇਖੋ ਜੀ ਮਸ਼ੀਨ ਗੋਡੇ ਗੋਡੇ ਜਿੰਨੀ ਕੱਢਦੀ ਹੈ, ਖੁੱਬੀ ਤਾਂ ਇੱਥੇ ਹੀ ਜਾਂਦੀ ਆ। ਦੇਖੋ ਨੀਵਾਂ ਕਿੰਨਾ ਹੋਇਆ ਪਿਆ ਥਾਂ ਜਿੱਥੋਂ ਦੀ, ਦੇਖੋ ਜੀ ਗਾਹਾਂ ਦੇਖੋ। ਨਹੀਂ ਆਪਾਂ ਥੋੜ੍ਹਾ ਦਿਖਾਉਣੇ। ਹਾਂਜੀ ਹਾਂ, ਮਸ਼ੀਨ ਆ ਜਿਹੜੀ ਉਹਨੂੰ ਚੱਲਣ 'ਚ ਇੱਥੇ ਕਿੰਨੀ ਪ੍ਰੋਬਲਮ ਆਈ ਆ, ਅਤੇ ਉਹਦੇ ਨਾਲ ਇਹ ਵੀ ਆ ਜਾਓ। ਆਪਾਂ ਕਹਾਂਗੇ ਸਾਰਿਆਂ ਨੂੰ, ਇੱਕ ਮੈਂ ਬੇਨਤੀ ਵੀ ਕਰਦਾ, ਤੁਸੀਂ ਥੋੜ੍ਹਾ ਨਾਲ ਆਓ ਸਾਡੇ। ਸੋ ਸਾਰਿਆਂ ਨੂੰ ਨਾਲ ਲੈ ਕੇ ਆਪਾਂ ਇੱਥੇ ਚੱਲਦੇ ਹਾਂ, ਤੁਹਾਨੂੰ ਥੋੜ੍ਹਾ ਜ਼ਿਆਦਾ ਨਜ਼ਦੀਕ ਤੋਂ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜੋ ਅਖੀਰਲਾ ਮੀਂਹ ਆਇਆ ਉਹਨੇ ਕੀ ਕਰਿਆ। ਮਸ਼ੀਨਾਂ ਖੁੱਭ ਕੇ ਚੱਲ ਰਹੀਆਂ, ਮਤਲਬ ਕੀ ਹੈ, ਜ਼ਮੀਨ 'ਚ ਸਿੱਲ ਜ਼ਿਆਦਾ, ਅਤੇ ਇੰਨੀ ਗਿੱਲ ਦੇ ਵਿੱਚ ਹੁਣ ਪਹਿਲਾਂ ਇਹਨੂੰ ਥੋੜ੍ਹਾ ਸੁਕਾਉਣਾ ਪਊ, ਫਿਰ ਇਹ 'ਚ ਹੁਣ ਤਵੀਆਂ ਫੇਰੋਂਗੇ, ਰੋਟਾਵੇਟਰ ਫੇਰੋਂਗੇ, ਹੈਪੀ ਸੀਡਰ ਕੀ ਕਰ ਸੋਚਦੇ ਕੀ ਆ? ਪਹਿਲਾਂ ਤਾਂ ਜੀ ਤਵੀਆਂ ਫੇਰਾਂਗੇ ਜੀ, ਫਿਰ ਦੇਖਾਂਗੇ ਰੋਟਾਵੇਟਰ ਦੇ। ਅਤੇ ਕਿੰਨਾ ਕੁ ਖਰਚਾ ਵੱਧ ਗਿਆ ਇਹਦੇ? ਪਰ ਇਹ ਦੁੱਗਣੇ 'ਤੇ ਵੀ ਵੱਧ ਗਿਆ ਖਰਚਾ। ਹੁਣ ਜੇ ਗਿੱਲ ਦੀ ਬੀਜਦੇ ਹਾਂ ਉਹਦਾ ਲੋਟ ਹੀ ਨਹੀਂ ਆਉਣੀ ਜੀ। ਬਾਈ ਜਿਹੜੇ ਕਬੈਣ ਵਾਲੇ ਆ ਇਹ ਬੋਲ ਰਹੇ ਕੁਛ ਕਿਵੇਂ ਜੀ? ਮੈਂ ਘੱਟੋ ਘੱਟ 3000 ਰੁਪਏ ਦਾ ਖਰਚਾ ਆਊਗਾ ਜੀ ਇਹਦੇ ਉੱਪਰ, ਇੱਕ ਏਕੜ ਦੇ ਮਿਲਾਉਣ 'ਤੇ ਇਹਨੂੰ ਵਿੱਚ ਪਰਾਲੀ ਨੂੰ ਇੰਨੀ ਬਹਾਈ ਕਰਕੇ ਤਾਂ ਕਿਤੇ ਜਾ ਕੇ ਖੇਤ ਬਣਨੇ ਆ। ਅੱਛਾ, ਜਿਹੜੇ ਉਹ ਹੈਪੀ ਸੀਡਰ ਦੀ ਗੱਲ ਕੀਤੀ ਜਾਂਦੀ ਵੀ ਉਹਦੇ ਨਾਲ ਸੌਖਾ ਬਜਾਈ ਆ, ਉਹਦੇ 'ਚ ਕੀ ਕੋਈ ਪ੍ਰੋਬਲਮ? ਮੈਂ ਦੱਸਦਾ ਜੀ, ਹੈਪੀ ਸੀਡਰ 'ਚ ਚਲੋ ਆਪਾਂ ਮੰਨਦੇ ਹਾਂ ਵੀ ਸੌਖੀ ਬਜਾਈ ਆ, ਉਹਨੂੰ ਅਸੀਂ ਕਿਵੇਂ ਇੰਨਾ ਜਿਹੜਾ ਅੱਟ ਪਾਤਾ ਇਹਦੇ ਵਿੱਚ ਨੂੰ ਕਣਕ ਕਿਵੇਂ ਨਿਕਲੂਗੀ, ਕਿਵੇਂ ਸਾਡੇ ਖੇਤ ਇਹ ਜੀ ਬੱਤੇ ਨਹੀਂ ਆਉਣੇ ਉਹਦੇ ਨਾਲ ਤਾਂ। ਬੱਤ ਮੈਂ ਦੱਸਦਾ ਵੀ ਬੱਤ ਕੀ ਹੁੰਦੀ ਆ, ਜਿਹੜੇ ਨਹੀਂ ਖੇਤੀ ਨਾਲ ਇੰਨੇ ਜੁੜੇ, ਬੱਤ ਉਹਨੂੰ ਕਹਿੰਦੇ ਆ ਵੀ ਜਦੋਂ ਇੱਕ ਜ਼ਮੀਨ ਦੇ ਵਿੱਚ ਨਵੀਂ ਇੰਨੀ ਕੁ ਰਹਿ ਜੇ ਵੀ ਉੱਥੇ ਹੁਣ ਫਸਲ ਬੀਜੀ ਜਾ ਸਕਦੀ ਆ, ਜ਼ਿਆਦਾ ਨਵੀਂ ਦੇ ਵਿੱਚ ਜੇ ਤੁਸੀਂ ਬੀਜੋਗੇ ਉਹਦਾ ਵੀ ਨੁਕਸਾਨ ਹੈ, ਅਤੇ ਜੇ ਬੱਤ ਲੰਘਾ ਕੇ ਬੀਜੋਗੇ ਫਿਰ ਵੀ ਨੁਕਸਾਨ ਹੈ, ਕਣਕ ਸਹੀ ਨਹੀਂ ਉੱਗਰਦੀ। ਸੋ ਇੱਕ ਸਹੀ, ਜਿਵੇਂ ਕਿਹਾ ਜਾਂਦਾ ਵੀ ਇੱਕ ਪੁਜੀਸ਼ਨ 'ਤੇ ਆ ਕੇ ਹੀ ਸਹੀ ਨਵੀਂ ਦੀ ਮਾਤਰਾ 'ਤੇ ਜਦੋਂ ਮਿੱਟੀ ਦੇ ਵਿੱਚ ਗਿੱਲ ਹੁੰਦੀ ਆ ਉੱਥੇ ਹੀ ਫਸਲ ਨੇ ਹੋਣਾ ਹੁੰਦਾ।
ਸੋ 3-4 ਹਜ਼ਾਰ ਰੁਪਈਆ ਸਾਰੇ ਕਹਿ ਰਹੇ ਆ ਵੀ ਵੱਧ ਗਿਆ ਕਿੱਲੇ ਮਗਰ, ਅਤੇ ਉਹ ਕਹਿੰਦੇ ਵੀ ਮੋਦੀ ਸਾਹਿਬ ਨੇ ਐਤਕੀ ਰੇਟ ਵੀ ਵਾਹਵਾ ਵਧਾ ਤਾ ਫਸਲ ਦਾ, ਅਤੇ ਉਹਦਾ ਕੋਈ ਫਾਇਦਾ ਫਿਰ ਹੋਊਗਾ ਕਿ? ਬਿਲਕੁਲ ਬਿਲਕੁਲ ਵਧਾ ਤਾ ਜੀ, 200 ਰੁਪਈਏ ਕੁਇੰਟਲ ਵਧਾ ਤਾ, ਨਾਲ ਦੀ ਨਾਲ ਦਵਾਈਆਂ ਦੇ, ਸਪਰੇਆਂ ਦੇ, ਰੇਹ ਦਾ, ਡੀਜ਼ਲ ਹੋ ਗਿਆ 75 ਰੁਪਈਏ 94 ਪੈਸੇ ਅੱਜ ਦਾ ਰੇਟ ਹੈ, ਜਿਹੜਾ ਕਿ ਕਦੇ ਨਹੀਂ ਦਾ ਹੋਇਆ ਇੰਨਾ ਰੇਟ, ਇਹ ਬਿਲਕੁਲ ਸਾਡਾ 200 ਰੁਪਈਏ ਵਧਾ ਤਾ। ਮੈਂ ਤਾਂ ਕਹਿੰਦਾ ਵੀ ਅਸੀਂ ਨਾ 57 ਰੁਪਈਏ 67 ਰੁਪਈਏ ਨੂੰ ਜੀਰੀ ਦੇਣ ਨੂੰ ਤਿਆਰ, ਪਰ ਉਸ ਟਾਈਮ ਦੇ ਜਦੋਂ 67 ਰੁਪਈਏ ਰੇਟ ਬੰਨਿਆ ਤਾ ਨਾ, ਉਸ ਟਾਈਮ ਦੇ ਰੇਟ ਲਿਆਉਣ, ਉਸ ਟਾਈਮ ਦੀਆਂ ਤਨਖਾਹਾਂ ਲਿਆਉਣ, ਨਹੀਂ ਸਾਨੂੰ ਸਾਨੂੰ ਕੁਛ ਨਾ ਦੇਣ, ਸਾਨੂੰ ਇੱਕ ਪੀਅਨ ਦੀ ਤਨਖਾਹ ਦੇ ਦੇਣ, ਸਾਡਾ ਸਾਰਾ ਕੁਛ ਲੈ ਜਾਇਆ ਕਰਨ, ਜੋ ਅਸੀਂ ਪੈਦਾ ਕਰਾਉਣਾ ਕਰਾ ਦੇਣ ਸਾਤੋਂ, ਜੇ ਉਹ ਕਹਿਣਗੇ ਉਹ ਬੀਜ ਦਾਂਗੇ, ਸਾਨੂੰ 15,000 ਰੁਪਈਆ 20,000 ਰੁਪਈਆ ਪਰ ਮੈਂਬਰ ਤਨਖਾਹ ਦੇ ਦਿਆ ਕਰਨ, ਸਾਤੋਂ ਕੰਮ ਕਰਾ ਲੈਣ ਜਿਹੜਾ ਕਰਾਉਣਾ। ਨਹੀਂ ਇਹ ਜਿਹੜਾ ਨਾ ਜੀ ਜਿਹੜਾ ਜੀਰੀ ਦਾ ਹੋਇਆ ਨਾ, ਪਹਿਲੀ ਗੱਲ ਤਾਂ ਸਾਡੀ ਪੰਜਾਬ ਵਾਲਿਆਂ ਦੀ ਖੁਰਾਕ ਨਹੀਂ ਹੈ ਚੌਲ, ਦੂਸਰੀ ਗੱਲ ਖੇਤੀਬਾੜੀ ਯੂਨੀਵਰਸਿਟੀ ਵਾਲੇ ਜਾਂ ਖੇਤੀਬਾੜੀ ਮਹਿਕਮੇ ਵਾਲੇ ਸਟੇਜਾਂ ਤੋਂ ਇਹਨਾਂ ਦੇ ਡਾਕਟਰ ਕਹਿੰਦੇ ਹੈ ਜਦੋਂ ਕੋਈ ਕੈਂਪ ਲਾਉਂਦੇ ਹੈ ਕਿ 1 ਕਿਲੋ ਚੌਲ ਪੈਦਾ ਕਰਨ ਵਾਸਤੇ 3,000 ਲੀਟਰ ਪਾਣੀ ਲੱਗਦਾ, 3,000 ਲੀਟਰ ਪਾਣੀ, 15 ਰੁਪਈਏ ਦੀ ਤਾਂ ਲੀਟਰ ਦੀ ਬੋਤਲ ਮਿਲਦੀ ਹੈ, ਸਾਡਾ 2 ਰੁਪਈਏ ਨੂੰ ਪਾਣੀ ਉਹ ਖਰੀਦ ਲੈਣ, ਅਸੀਂ ਕੁਛ ਨਹੀਂ ਲਾਉਂਦੇ ਹਾਂ। 6,000 ਦਾ ਤਾਂ ਸਾਡਾ ਇੱਕ ਕਿਲੋ ਚੌਲ ਅਤੇ 6,000 ਰੁਪਈਏ ਦਾ ਪਾਣੀ, ਜੇ ਅਸੀਂ ਪਾਣੀ ਵੇਚੀਏ ਨਾ, ਸਾਡਾ ਪਾਣੀ ਭੇਜ ਦੇਣ ਬਾਹਰਲੇ ਮੁਲਕਾਂ ਜਿੱਥੇ ਮਰ ਰਹੇ ਹਾਂ ਲੋਕ ਪਾਣੀ ਬਿਨਾਂ, ਇਹਨੂੰ ਸਾਫ਼ ਕਰਕੇ ਪੈਕ ਕਰਕੇ ਭੇਜ ਦੇਣ, ਜਿਹੜੇ ਮਰਜ਼ੀ ਰੇਟ ਭੇਜਣ, 7-2 ਰੁਪਈਏ ਸਾਨੂੰ 2 ਰੁਪਈਏ ਦੇਈ ਜਾਣ ਲੀਟਰ, ਅਸੀਂ ਕੋਈ ਫਸਲ ਨਹੀਂ ਬੀਜਦੇ। ਦੂਸਰਾ ਇਹ ਸਾਡੇ ਗਲ ਪਾਈ ਹੋਈ ਆ ਜਿਹੜੀ ਫਸਲ ਹੈ ਝੋਨੇ ਵਾਲੀ, ਇਹ ਸਾਡੇ ਧੱਕੇ ਦੇ ਗਲ ਪਾਈ ਹੋਈ ਆ, 35 ਕੁਇੰਟਲ ਮੱਕੀ ਨਿਕਲਦੀ ਹੈ, ਅਸੀਂ ਮੱਕੀ ਬੀਜਣ ਨੂੰ ਤਿਆਰ ਹਾਂ, ਉਹਦਾ ਰੇਟ ਤਾਂ ਦੇਣ, 700-800 ਰੁਪਈਏ ਨੂੰ ਖਰੀਦ ਕੇ ਵਪਾਰੀ ਉਹ ਸਾਡੀ ਫੀਲਡ 'ਚ ਪੈ ਕੇ ਆਉਂਦੀ ਹੈ ਵਾਪਸ, ਸਾਨੂੰ 2400 ਰੁਪਈਏ ਨੂੰ ਪੈਂਦਾ, ਉਹ 1200 ਦਾ ਥੈਲਾ, 1000 ਦਾ ਥੈਲਾ। ਗੱਲ ਤਾਂ ਮੈਂ ਵੀ ਬਹੁਤ ਵਾਰੀ ਕਰਦਾ ਵੀ ਇੱਕ ਪਾਸੇ ਕਹਿਣੇ ਅਸੀਂ ਵੀ ਝੋਨੇ ਦਾ ਕੋਈ ਵਿਕਲਪ ਹੈ ਨਹੀਂ, ਤਾਂ ਵਿਕਲਪ ਵਾਲੀ ਕਿੱਡੀ ਕੁ ਗੱਲ ਹੈ, ਮਤਲਬ ਤੁਸੀਂ ਰੇਟ ਦੇ ਦਿਓ, ਵਿਕਲਪ ਆਪੀ ਆ, ਜੇ ਮੱਕੀ ਦਾ ਰੇਟ ਮਿਲ ਜੂ, ਆਹ ਮਾਲਵਾ ਪੱਟੀ ਵਾਲਿਆਂ ਨੂੰ, ਤੁਸੀਂ ਕਪਾਹ ਪੱਟੀ ਵੀ ਜਿਹਨੂੰ ਨਾਂ ਨਾਲ ਕਿਹਾ ਜਾਂਦਾ ਮਾਲਵੇ ਦੇ ਕੁਛ ਹਿੱਸੇ ਨੂੰ, ਉਹਨੂੰ ਕਪਾਹ ਦਾ ਨਰਮੇ ਦਾ ਰੇਟ ਮਿਲ ਜੂ, ਆਪੀ ਲੋਕ ਝੋਨੇ ਕਿੰਨੀ ਕਿਹਨੇ ਜਾਣਾ, ਔਖੀ ਜਿਹੀ ਫਸਲ ਆ ਨਾਲੇ, ਇਹ ਕੋਈ ਮਤਲਬ ਬੰਦਿਆਂ ਵਾਲੀ ਫਸਲ ਹੀ ਨਹੀਂ ਹੈਗੀ ਇਹ ਤਾਂ। ਬਿਲਕੁਲ, ਜਿਹੜਾ ਪੰਜਾਬ ਦੇ ਵਿੱਚ ਪਾਣੀ ਦੀ ਕਿੱਲਤ ਆਉਣ ਵਾਲੀ ਹੈ ਨਾ, ਇਹ ਸਾਡਾ ਕਸੂਰ ਨਹੀਂ ਹੈਗਾ, ਇਹ ਸਾਡੀਆਂ ਸਰਕਾਰਾਂ ਦਾ ਕਸੂਰ ਹੈ, ਸਾਡੀਆਂ ਯੂਨੀਵਰਸਿਟੀਆਂ ਦਾ ਕਸੂਰ ਹੈ, ਜਿਨ੍ਹਾਂ ਨੇ ਸਾਨੂੰ ਝੋਨਾ ਲਾਉਣ 'ਤੇ ਮਜਬੂਰ ਕਰਿਆ ਅਤੇ ਨਾਲ ਅਸੀਂ ਕੰਗਾਲ ਹੋ ਗਏ, ਕਿਉਂਕਿ ਅਸੀਂ ਤਾਂ ਵੀ ਝੋਨਾ ਹੋਰ ਵੱਧ ਨਿਕਲਿਆ, ਹੋਰ ਵੱਧ ਨਿਕਲਿਆ, ਇਹਦੇ 'ਚ ਖੁਰਾਕ ਦੇਣੀ ਹੈ, ਇਹਨੂੰ ਦਵਾਈਆਂ ਦੇਣੀਆਂ, ਪਹਿਲੀ ਗੱਲ ਤਾਂ ਇਹਨੂੰ ਬਿਮਾਰੀ ਇੰਨੀ ਲੱਗਦੀ ਹੈ ਵੀ ਸਪਰੇਆਂ ਬਹੁਤ ਹੁੰਦੀਆਂ, ਆਹ ਹੁਣ 15 ਦਿਨ ਪਹਿਲਾਂ ਵਢਾਈ ਤੋਂ ਹੁਣ ਕਾਲਾ ਤੇਲੀਆ ਪੈ ਗਿਆ, ਤਾਂ ਜੇ ਉਹਦੀ ਸਪਰੇ ਨਾ ਕਰਦੇ ਤਾਂ ਕੱਖ ਵੀ ਜੱਟਾਂ ਦੇ ਪਰਲੇ ਨਹੀਂ ਥਾ ਪੈਣਾ। ਜਿਹੜੇ ਲੰਬਰਦਾਰ ਸਾਹਿਬ ਹੁਣ ਹਾਲਾਤ ਆ, ਅੱਗ ਉੱਗ ਲੱਗੂਗੀ ਕਿ ਨਹੀਂ ਇਸ ਵਾਰ ਟਕਾਰੂਗਾ? ਦੇਖੋ ਸਖਤੀ ਬਹੁਤ ਕਰੀ ਹੋਈ ਹੈ ਵੀ ਤੁਹਾਡੇ ਕਨੈਕਸ਼ਨ ਕੱਢ ਦਾਂਗੇ, ਤੁਹਾਨੂੰ ਕੋਆਪਰੇਟਿਵ ਤੋਂ ਜੋ ਅਸੀਂ ਸਹੂਲਤ ਦਿੰਦੇ ਨੇ ਉਹ ਨਹੀਂ ਦੇਵਾਂਗੇ, ਉਹਦੇ ਕਰਕੇ ਹੁਣ ਜ਼ਿਮੀਂਦਾਰ ਚਾਹੇ ਜੋ ਮਰਜ਼ੀ ਕਰੇ, ਉਹਨੇ ਕਣਕ ਤਾਂ ਬੀਜਣੀ ਹੈ ਨਾ, ਇਹ ਹੁਣ ਆਹ ਜਿਹੜਾ ਖੇਤ ਦੇ ਵਿੱਚ ਆਪਾਂ ਖੜ੍ਹੇ ਹਾਂ, ਡਾਕਰ ਜ਼ਮੀਨ ਹੈ ਇਹਦੇ ਵਿੱਚ, ਆਹ ਜਿਹੜਾ ਇਹਨੇ ਕੁਤਰਾ ਕਰਕੇ ਮਸ਼ੀਨ ਨੇ ਸਿੱਟਤਾ ਨਾ, ਇਹਦੇ ਉੱਪਰ ਅੱਟ ਪੈ ਗਿਆ, ਇਹਨੂੰ ਅੱਟ ਕੇ ਆਪਾਂ ਪੰਜਾਬੀ 'ਚ ਕਹਿ ਸਕਦੇ ਵੀ ਢੱਕਤੀ ਜਮਾਂ ਹੀ ਉਹਨੇ, ਇਹਨੂੰ ਹਵਾ ਨਹੀਂ ਲੱਗਣੀ, ਇਹਨੇ ਬੱਤ ਨਹੀਂ ਆਉਣਾ, ਇਹਦੇ ਵਾਸਤੇ ਸੁੱਕਣਾ ਨਹੀਂ, ਹਵਾ ਨਹੀਂ ਲੱਗਣੀ, ਹਾਂ ਸੁੱਕਣਾ ਨਹੀਂ, ਇਹਨੂੰ ਮਤਲਬ ਬੀਜਣ ਵਾਸਤੇ ਕਾਫੀ ਜੱਦੋ ਜਹਿਦ ਕਰਨੀ ਪਊਗੀ ਇਹਨਾਂ ਨੂੰ। ਸੋ ਸਾਰੀ ਸਾਰ ਇਹੀ ਸੀਗਾ ਇੱਥੇ ਗੱਲ ਕਰਨ ਦਾ ਵੀ ਤੁਹਾਨੂੰ ਦਿਖਾਉਣਾ, ਥੋੜ੍ਹੀਆਂ ਜਿਹੀਆਂ ਹਕੀਕਤਾਂ ਦੇ ਰੂਬਰੂ ਕਰਾਉਣਾ
ਵੀ ਕੀ ਅਸਲ ਸਥਿਤੀ ਕੀ ਹੈ। ਕੰਬਾਈਨਾਂ ਚੱਲਦੀਆਂ, ਟਰੈਕਟਰ ਚੱਲਦੇ ਬਹੁਤ ਸੋਹਣੇ ਲੱਗਦੇ ਆ ਕਈ ਵਾਰੀ ਜੋ ਸੜਕਾਂ ਤੋਂ ਲੰਘ ਜਾਂਦੇ ਆ, ਪਰ ਜਦੋਂ ਖੇਤਾਂ 'ਚ ਆ ਕੇ ਦੇਖਦੇ ਹਾਂ, ਸਾਰੀ ਸਮੱਸਿਆ ਨੂੰ ਸਮਝਦੇ ਹਾਂ, ਅਤੇ ਫਿਰ ਉਹ ਸਹੂਲਤਾਂ ਵੀ ਦੇਖਦੇ ਹਾਂ ਜਿਹੜੇ ਸਾਡੇ ਭਰਾ ਜਾਂ ਗਵਾਂਢੀ ਰਾਜ ਆ ਉੱਥੇ ਕਿਸਾਨਾਂ ਨੂੰ ਮਿਲ ਰਹੇ ਹਾਂ, ਸਾਡੇ ਕਿਸਾਨਾਂ ਤੋਂ ਖੋਹੀਆਂ ਜਾ ਰਹੀਆਂ। ਜਦੋਂ ਲੋੜ ਹੁੰਦੀ ਆ ਉਦੋਂ ਕਿਸਾਨ ਨੂੰ ਬਹੁਤ ਕੁਛ ਕਹਿ ਦਿੱਤਾ ਜਾਂਦਾ ਕਿ ਕਿਸਾਨ ਅੰਨਦਾਤਾ ਇਹੋ ਜਿਹੇ ਨਾਮ ਦੇ ਕੇ ਬੜਾਇਆ ਜਾਂਦਾ, ਅਤੇ ਪਰ ਜਦੋਂ ਲੋੜ ਨਹੀਂ ਹੁੰਦੀ ਫਿਰ ਉਹਨੂੰ ਕਿਵੇਂ ਅੱਖੋਂ ਪਰੋਖੇ ਕੀਤਾ ਜਾਂਦਾ। ਇਹ ਸਾਰੀਆਂ ਗੱਲਾਂ ਆਪਦੀ ਥਾਂ 'ਤੇ ਉਵੇਂ ਖੜੀਆਂ, ਇਹ ਸਵਾਲ ਉਵੇਂ ਖੜ੍ਹੇ ਆ, ਅੱਗਾਂ ਇਸ ਵਾਰ ਵੀ ਪੰਜਾਬ 'ਚ ਲੱਗ ਰਹੀਆਂ। ਹੋ ਸਕਦਾ ਕਿਸਾਨ ਕੈਮਰੇ ਮੂਹਰੇ ਨਾ ਬੋਲਣ, ਆਪਦੀਆਂ ਸਮੱਸਿਆਵਾਂ ਜ਼ਾਹਰ ਨਾ ਕਰ ਸਕਣ, ਪਰ ਇਹ ਸਮੱਸਿਆਵਾਂ ਬਹੁਤ ਗੰਭੀਰ ਆ। ਇਹਦੇ 'ਤੇ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ, ਹਰ ਬੰਦੇ ਨੂੰ ਸੋਚਣਾ ਚਾਹੀਦਾ ਜੋ ਪੰਜਾਬ ਦੇ ਪ੍ਰਤੀ ਸਿਹਰਦਾ। ਜੇ ਪੰਜਾਬ ਦੀ ਕਿਸਾਨੀ ਖੁਸ਼ਹਾਲ ਆ ਨਾ, ਪੰਜਾਬ ਤਾਂ ਹੀ ਖੁਸ਼ਹਾਲ ਆ, ਪੰਜਾਬ ਕਿਸਾਨੀ ਕਰਕੇ ਹੀ ਹੈ। ਕੈਮਰਾਮੈਨ ਪ੍ਰਦੀਪ ਸ਼ਰਮਾ ਦੇ ਨਾਲ ਨਵਰੀ ਸਿਵੀਆ, ਫਤਿਹਗੜ੍ਹ ਸਾਹਿਬ।